ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਮੁੜ ਸਵਾਗਤ ਹੈ। ਪੰਜਾਬ ਦੀ ਪੁਲਿਸ ਆਪਣੀਆਂ ਮਾੜੀਆਂ ਕਾਰਵਾਈਆਂ ਕਰਕੇ ਅਕਸਰ ਹੀ ਚਰਚਾ ਵਿੱਚ ਰਹਿੰਦੀ ਹੈ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਹਲਕਾ ਦੀਨਾ ਨਗਰ ਤੋਂ ਹੈ, ਜਿੱਥੇ ਦਲਿਤ ਮਾਂ ਅਤੇ ਧੀ ਨੇ ਪੁਲਿਸ ਉੱਤੇ ਬੇਰਹਿਮੀ ਨਾਲ ਤਸ਼ੱਦਦ ਕਰਨ ਦੇ ਇਲਜ਼ਾਮ ਲਗਾਏ ਨੇ। ਉਹ ਵੇਖ ਲੈਂਦੇ ਹਾਂ ਮਾਮਲਾ ਕੀ ਹੈ। ਹਸਪਤਾਲ ਦੇ ਬੈੱਡ ਉੱਤੇ ਜ਼ਖਮੀ ਹਾਲਤ ਵਿੱਚ ਪਈ ਇਸ ਔਰਤ ਦਾ ਨਾਮ ਹੈ ਰਚਨਾ ਕੁਮਾਰੀ ਅਤੇ ਇਸਦੇ ਸਰੀਰ ਉੱਤੇ ਲੱਗੇ ਜ਼ਖਮ ਬਿਆਨ ਕਰ ਰਹੇ ਨੇ ਕਿ ਜ਼ਰੂਰ ਇਸ ਔਰਤ ਨਾਲ ਕੁੱਟਮਾਰ ਕੀਤੀ ਗਈ ਹੈ ਅਤੇ ਇਹ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ ਪੰਜਾਬ ਪੁਲਿਸ ਉੱਤੇ। ਪੀੜਿਤ ਔਰਤ ਦਾ ਇਲਜ਼ਾਮ ਹੈ ਕਿ ਉਸਦੇ ਪਤੀ ਦਾ ਉਸ ਨਾਲ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਅਤੇ ਪੁਲਿਸ ਉਸਦੇ ਸਹੁਰਾ ਪਰਿਵਾਰ ਦੀ ਮਦਦ ਕਰ ਰਹੀ ਹੈ। ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਬੀਤੇ ਦਿਨੀ ਪੁਲਿਸ ਵਾਲੇ ਉਹਨਾਂ ਦੇ ਘਰ ਆਏ ਅਤੇ ਉਸ ਨਾਲ ਛੇੜਛਾੜ ਕਰਨ ਤੋਂ ਬਾਅਦ ਪੁਲਿਸ ਵਾਲਿਆਂ ਨੇ ਮਾਂ ਧੀ ਦੋਹਾਂ ਨਾਲ ਪਹਿਲਾਂ ਘਰ ਵਿੱਚ ਕੁੱਟਮਾਰ ਕੀਤੀ ਅਤੇ ਫਿਰ ਥਾਣੇ ਵਿੱਚ ਲਿਜਾ ਕੇ ਉਹਨਾਂ ਨੂੰ ਨਗਨ ਹਾਲਤ ਵਿੱਚ ਰੱਖ ਕੇ ਭਾਰੀ ਤਸ਼ੱਦਦ ਕੀਤਾ ਗਿਆ। ਮੇਰੇ ਸਹੁਰੇ ਪਰਿਵਾਰ ਨਾਲ ਮੈਨੂੰ ਕੁਝ ਦਿਨ ਬਾਅਦ ਹੀ ਤੰਗ ਪਰੇਸ਼ਾਨ ਕਰਨ ਲੱਗ ਪਏ। ਕਹਿੰਦੇ ਕਿ ਤੂੰ ਇਹੀ ਵਿਆਹ ਕੀਤਾ ਹੀ, ਸਾਡਾ ਮੁੰਡਾ ਲੈਫਟੀਨੈਂਟ ਲੱਗਾ ਆ, ਦਾਜ ਦਹੇਜ ਲੈ ਕੇ ਆਉਣਾ ਵਾ, ਤੂੰ ਲੈ ਕੇ ਹੀ ਕੁਛ ਨਹੀਂ ਆਈ, ਨਿੱਕੀ ਨਿੱਕੀ ਗੱਲ ਤੋਂ ਲੜਨਾ ਸਟਾਰਟ ਕਰ ਦਿੱਤਾ। ਫਿਰ ਕਹਿੰਦੇ ਕਾਰ ਲੈ ਕੇ ਆ, ਅਸੀਂ ਘੁੰਮਣਾ ਨੂੰ ਕਾਰ ਚਾਹੀਦੀ ਆ। ਮੈਂ ਘਰ ਗਈ, ਮੇਰੀ ਮੰਮੀ ਹੋਣੀ ਫਿਰ ਪੰਚਾਇਤ ਪੰਚੂਤ ਲੈ ਕੇ ਇੱਥੇ ਛੱਡ ਜਾਂਦੇ ਹੁੰਦੇ ਸੀ ਹਰ ਵਾਰ ਆ ਕੇ। ਮੇਰੀ ਮੰਮੀ ਕੋਲ ਇੰਨੀ ਅਸੀਂ ਕਿੱਥੋਂ ਦੇਣਾ, ਸਾਡੇ ਕੋਲ ਇੰਨੀ, ਇਹਨਾਂ ਨੇ ਮੈਨੂੰ ਬੜਾ ਮਾਰਿਆ ਕੁੱਟਿਆ। ਮੈਂ ਮੰਮੀ ਆਏ, ਉਹ ਮੈਨੂੰ ਬੜਾ ਮਾਰਿਆ ਤਾ, ਇਹਨਾਂ ਨੇ ਕੀ ਕੀਤਾ, ਮੈਨੂੰ ਅੰਦਰ ਮੰਮੀਆਂ ਨੂੰ ਅੰਦਰ ਬੰਨ ਦਿੱਤਾ, ਬਾਹਰ ਕੱਢ ਦਿੱਤਾ ਮਾਰ ਕੁੱਟ ਕੇ, ਕਹਿੰਦੇ ਕਿ ਅਸੀਂ ਸਾਡੇ ਘਰ ਨਹੀਂ ਆਉਣਾ। ਮੈਨੂੰ ਇਹਨਾਂ ਨੇ ਅੰਦਰ ਰੱਖ ਲਿਆ। ਉਹ ਤੋਂ ਬਾਅਦ ਕੀ ਹੋਇਆ, ਮੈਂ ਜਦੋਂ ਪੁਲਿਸ ਨੇ ਮੈਨੂੰ ਮਾਰਿਆ ਕੁੱਟਿਆ ਉਹਨਾਂ ਨੇ, ਮੈਂ ਬਾਈਪਾਸ 'ਤੇ ਪਈ ਰਹੀ, ਮੈਨੂੰ ਹੋਸਪਿਟਲ ਪਹੁੰਚਾਇਆ, ਮੈਡੀਕਲ ਹੋਇਆ, ਲੇਕਿਨ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਵਾਲਿਆਂ ਨੇ। ਕਿੰਨੇ ਦਿਨ ਖੱਜਰ ਖਰਾਬ ਹੋਣ ਤੋਂ ਬਾਅਦ ਮੈਂ ਕੋਰਟ 'ਚ ਕੇਸ ਕਰ ਦਿੱਤਾ, ਕੋਰਟ 'ਚ ਕੇਸ ਕਰ ਦਿੱਤਾ। ਉਸ ਤੋਂ ਬਾਅਦ ਇਹਨਾਂ ਨੇ ਸਾਡੇ 'ਤੇ 182 ਬਣਾ ਦਿੱਤੀ, ਕਹਿੰਦੇ ਤੇਰੀਆਂ ਸਾਰੀਆਂ ਰਪਟਾਂ ਝੂਠੀਆਂ ਪਾ ਦਿੱਤੀਆਂ ਗਈਆਂ, ਤੂੰ 182 ਬਣਾ ਦਿੱਤੀ। ਉਹ 182 ਸਾਰੇ ਪਰਿਵਾਰ 'ਤੇ ਬਣਾ ਦਿੱਤੀ, ਉਹ ਕਰ ਦਿੱਤੀ, ਬਣਾ ਦਿੱਤੀ ਅਤੇ ਕੋਰਟ 'ਚ ਪੇਸ਼ ਕਰਤੀ। ਪਹਿਲੇ ਸੰਮਨ ਸਾਨੂੰ ਅਵੇਲੇਬਲ ਨਹੀਂ ਹੋਏ, ਦੂਜੇ ਸੰਮਨ ਨੇ ਇਹ ਲੈ ਕੇ ਆਇਆ, ਸੰਮਨ ਵਾਲਾ ਭਾਈ ਆਇਆ ਜਗਜੀਤ ਸਿੰਘ, ਉਹ ASI ਇੱਕ ਸਟਾਰ ਲੱਗਾ ਸੀ ਉਹਦੇ। ਉਹਨੇ ਮੈਨੂੰ ਸੰਮਨ ਫੜਾਏ, ਮੈਂ ਇਕੱਲੀ ਹੀ ਘਰ ਕੋਠੇ ਉੱਤੇ, ਉਹਨੇ ਮੈਨੂੰ ਸੰਮਨ ਫੜਾਏ ਅਤੇ ਮੈਂ ਸੰਮਨ ਫੜ ਲੱਗੀ, ਉਹਨਾਂ ਮੇਰੇ ਨਾਲ ਹੱਥ ਫੜ ਕੇ ਅਜੀਬ ਦੀ ਜ਼ਬਰਦਸਤੀ ਜੀ ਕਰਨੀ, ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਘਰ ਕੋਈ ਨਹੀਂ, ਮੈਂ ਚਿਲਾਇਆ ਮੰਮੀ ਨੂੰ, ਆਵਾਜ਼ਾਂ ਮਾਰੀਆਂ ਮੰਮੀ ਮੰਮੀ, ਦੌੜੇ ਦੌੜੇ ਆਏ, ਮੰਮੀ ਨੇ ਇਹਨਾਂ ਨੂੰ ਮਦਦ ਕਰਤਾ, ਉਹਨੇ ਪੁਲਿਸ ਨੂੰ ਫੋਨ ਕੀਤਾ ਆਪਾਂ ਇਹਨਾਂ ਦੇ ਸਾਨੇ ਪੁਰਾਣੇ ਸਾਲੇ ਕਿ ਆਓ। ਇਹਨਾਂ ਪੁਲਿਸ ਵਾਲੇ ਆਏ, ਪੁਲਿਸ ਵਾਲੇ ਨੇ ਆਉਂਦੇ ਹੀ ਨਾ, ਕਿੰਨੇ ਜਿਹਨੇ ਆ ਗਏ, 15-16 ਜਿਹਨੇ, ਇੱਦਾਂ ਨੇ ਕੀ ਕੀਤਾ, ਆਉਂਦੇ ਉਹਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਸਾਰੇ ਪੁਲਿਸ ਵਾਲੇ ਜਨਾਨੀਆਂ ਕੀ ਕਿੰਨਾ ਉਹਨੇ ਮੈਨੂੰ ਕੀ 7-8 ਜਿਹਨੇ, ਇਹਨਾਂ ਸਾਰਿਆਂ ਨੇ ਨਾ ਮੈਨੂੰ ਤੇ ਮੰਮੀ ਮੰਮੀ ਲੱਟੀ ਹੋਈ, ਮੈਨੂੰ ਤੇ ਮੰਮੀ ਨੂੰ ਮਾਰਨ ਲੱਗ ਪਏ, ਬੜਾ ਮਾਰਿਆ ਮਾਰਿਆ ਤੇ ਬਾਅਦ ਸਾਨੂੰ ਕਹਿੰਦੇ ਕਿ ਰਾਜ਼ੀਨਾਮਾ ਕਰ ਲਓ। ਜਿਸ ਸਮੇਂ ਰਚਨਾ ਕੁਮਾਰੀ ਨਾਲ ਉਸਦੇ ਸਹੁਰਾ ਪਰਿਵਾਰ ਵੱਲੋਂ ਸਾਲ 2016 ਵਿੱਚ ਦਹੇਜ ਦੀ ਮੰਗ ਨੂੰ ਲੈ ਕੇ ਉਸ ਨਾਲ ਕਾਫੀ ਕੁੱਟਮਾਰ ਕੀਤੀ ਗਈ ਸੀ, ਤਾਂ ਉਸ ਸਮੇਂ ਰਚਨਾ ਨੂੰ ਹਸਪਤਾਲ ਵਿੱਚ ਪਹੁੰਚਾਉਣ ਵਾਲੇ ਗੁਆਂਢੀ ਪਿੰਡ ਦੇ ਇੱਕ ਟੈਕਸੀ ਡਰਾਈਵਰ ਨੇ ਮਦਦ ਕੀਤੀ ਸੀ। ਪਰ ਇੱਥੇ ਹੈਰਾਨ ਕਰ ਦੇਣ ਵਾਲੀ ਗੱਲ ਇਹ ਵੀ ਹੈ ਕਿ ਪੁਲਿਸ ਨੇ ਉਲਟਾ ਇਸ ਮਦਦਗਾਰ ਉੱਤੇ ਧਾਰਾ 182 ਦਾ ਮਾਮਲਾ ਦਰਜ ਕਰ ਲਿਆ ਸੀ। ਵਿਆਹੀ ਸੀਗੀ ਜੱਟੂਵਾਲ ਦੇਸਰਾਜ ਪੁੱਤਰ ਲਵਲੀ, ਮਤਲਬ ਲਵਲੀ ਮਾਰ ਪੁੱਤਰ ਦੇਸਰਾਜ ਨਾਲ, ਅਤੇ ਉਹ ਇਹਨਾਂ ਦਾ 15-20 ਦਿਨਾਂ ਬਾਅਦ ਹੀ ਇਹਨਾਂ ਦਾ ਦਾਜ ਤੋਂ ਵਿਗਾੜ ਚੱਲ ਗਿਆ। ਉਹਦੇ ਵਿੱਚ ਕੀ ਹੋਇਆ ਕਿ ਕੁੜੀ ਨੂੰ ਇਹ ਨਾਲ ਲੈ ਗਿਆ ਮੁੰਡਾ, ਉੱਥੇ ਜਾ ਕੇ ਵੀ ਇਹਨੂੰ ਕੁੜੀ ਨੂੰ ਹਰਾਸਮੈਂਟ ਕਰਦਾ ਰਿਹਾ, ਅੰਦਰ ਡੱਕ ਦਿੰਦਾ ਰਿਹਾ, ਲੱਗ ਪਏ ਸਾਰੇ ਕੁੱਟਣ, ਜੇਠ ਵੀ, ਸਹੁਰਾ ਵੀ, ਜਵਾਈ ਵੀ, ਆਪਣੇ ਜਠਾਣੀ ਵੀ। ਕੁੜੀ ਦੇ ਗਲ 'ਚ ਚੁੰਨੀ ਪਾ ਕੇ ਅਤੇ ਜੇਠ ਨੇ ਦਿੱਤੀ ਘੋਟ, ਤਾਂ ਗਲ ਘੋਟਤਾ। ਜਠਾਣੀ ਨੇ ਰੌਲੀ ਪਾਈ ਵੀ ਇਹ ਮਰ ਜਾਣੀਆਂ ਸੜ ਦੇ, ਇਹ ਕਿਸੇ ਤਰ੍ਹਾਂ ਸੜਾ ਕੇ ਕੁੜੀ ਉੱਥੋਂ ਦੌੜੇ ਪੈ ਗਈ ਆ, ਜਿਹੜੇ ਬਾਈਪਾਸ 'ਤੇ ਆਈ ਹੈ ਅਤੇ ਬੇਹੋਸ਼ ਹੋ ਗਈ ਆ। ਉੱਥੋਂ ਕਿਸੇ ਨੇ ਚੁੱਕ ਕੇ ਕਿਸੇ ਨੇ ਅਤੇ ਬਾਈ ਗਾਂ ਪਹੁੰਚਾਈ ਆ, ਸਰਕਾਰੀ ਹੋਸਪਿਟਲ ਗੁਰਦਾਸਪੁਰ ਐਡਮਿਟ ਕਰਾਤਾ। ਇਲਜ਼ਾਮਾਂ ਵਿੱਚ ਘਿਰੀ ਪੰਜਾਬ ਪੁਲਿਸ ਦੇ ਅਧਿਕਾਰੀ ਦਾ ਦਾਅਵਾ ਹੈ ਕਿ ਜਦੋਂ ਉਹ ਉਹਨਾਂ ਦੇ ਚੱਲ ਰਹੇ ਮੁਕੱਦਮੇ ਸੰਬੰਧੀ ਵਾਰੰਟ ਲੈ ਕੇ ਉਹਨਾਂ ਦੇ ਘਰ ਗਏ ਸੀ, ਤਾਂ ਖੁਦ ਨੂੰ ਪੀੜਤ ਦੱਸਣ ਵਾਲੀਆਂ ਔਰਤਾਂ ਨੇ ਉਹਨਾਂ ਉੱਤੇ ਨਾ ਸਿਰਫ ਹਮਲਾ ਕੀਤਾ ਸਗੋਂ ਉਹਨਾਂ ਦੀ ਵਰਦੀ ਵੀ ਫਾੜ ਦਿੱਤੀ ਸੀ। ਇਹ ਹੋਇਆ ਜੀ 182 ਦੇ ਜਿਹੜੇ ਆ ਵਾਰੰਟ ਗ੍ਰਿਫਤਾਰੀ ਅਦਾਲਤ ਆਪਣੇ ਮੋਹਤ ਬਾਂਸਲ CGM ਸਾਹਿਬ ਦੀ ਅਦਾਲਤ ਵੱਲੋਂ ਜਾਰੀ ਹੋਏ ਸੀ, 5 ਵਿਅਕਤੀਆਂ ਦੇ ਹੋਏ ਸੀ ਅਤੇ ਇਹ ਜਿਹੜੇ ਵਾਰੰਟ ਗ੍ਰਿਫਤਾਰੀ ਆ ਕਿਰਨ ਸਬ ਇੰਸਪੈਕਟਰ ਕਿਰਨਦੀਪ ਕੌਰ ਨੂੰ ਮਾਰਕ ਹੋਏ ਸੀ, ਸਿਟੀ ਲੱਗੇ ਆ ਅਤੇ ਨਾਲ ਪੁਲਿਸ ਪਾਰਟੀ ਲੈ ਕੇ ਲੇਡੀ ਕਾਂਸਟੇਬਲ ਨਾਲ ਲੈ ਕੇ ਉਹਨਾਂ ਨੇ ਵਾਰੰਟ ਦੀ ਤਮੀਰ ਕਰਵਾਉਣ ਲਈ ਆਪਣੇ ਇੱਥੇ ਤਾਲੋਪੁਰ ਪਿੰਡ ਇਹਨਾਂ ਦੇ ਘਰ ਗਏ। ਇਹਨਾਂ ਨੂੰ ਵਾਰੰਟ ਜਿਹੜਾ ਦਿਖਾਇਆ ਗਿਆ, ਪੜ੍ਹਾਇਆ ਗਿਆ, ਜਿਨ੍ਹਾਂ ਨੇ ਵਾਰੰਟ ਦੇਖ ਕੇ ਪੜ੍ਹ ਕੇ
ਅਤੇ ਤੈਸ ਵਿੱਚ ਆ ਕੇ ਪੁਲਿਸ ਪਾਰਟੀ ਦੇ ਹੱਥੀਂ ਪੈ ਗਏ ਅਤੇ ਪੁਲਿਸ ਪਾਰਟੀ ਦੇ ਉੱਤੇ ਆਪਣੀ ਕਰਦ ਜਿਹੜੀ ਆ ਲੁਕਾਈ ਹੋਈ ਆਪਣੀ ਜਿਹੜੀ ਹੈ ਸ਼ਰਟ ਦੇ ਵਿੱਚ ਲੁਕਾਈ ਹੋਈ ਕਰਦ ਆਪਣੇ ਰਚਨਾ ਦੇਵੀ ਨੇ ਆਪਣੇ ASI ਆਪਣੇ ਜਗਜੀਤ ਸਿੰਘ ਦੇ ਹੱਥ ਵਿੱਚ ਦੋ ਵਾਰ ਕੀਤੇ ਅਤੇ ਬਾਅਦ ਦੇ ਵਿੱਚ ਉਹਨੇ ਭੱਜ ਕੇ ਲੁਕਾ ਕੇ ਆਪਣੀ ਅਤੇ ਪਰਦੇ ਨਾਲ ਪਿੱਛੇ ਹੋ ਕੇ ਅਤੇ ਆਪਣੇ ਢਿੱਡ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ। ਬੇਸ਼ੱਕ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਖੁਦ ਉੱਤੇ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਪਰ ਇਸ ਮਾਮਲੇ ਦੀ ਅਸਲੀ ਸੱਚਾਈ ਕੀ ਹੈ ਇਹ ਤਾਂ ਨਿਰਪੱਖ ਕਾਰਵਾਈ ਤੋਂ ਬਾਅਦ ਹੀ ਪਤਾ ਚੱਲੇਗਾ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਸਾਂਝਾ TV। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ, ਜਿੱਥੇ ਉਹਨਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਫਾਰੂਕ ਅਬਦੁੱਲਾ ਨੇ ਕਠੂਆ ਵਿੱਚ 8 ਸਾਲਾ ਬੱਚੀ ਨਾਲ ਜਬਰ ਜਨਾਹ ਪਿੱਛੋਂ ਕਤਲ ਕਰਨ ਦੇ ਮਾਮਲੇ ਉੱਤੇ ਆਪਣੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਹੈ ਕਿ ਦੇਸ਼ ਨੂੰ ਅਜਿਹਾ ਕਰਨ ਵਾਲੇ ਪਾਪੀਆਂ ਖਿਲਾਫ਼ ਅਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸ ਵਿੱਚ ਬਲਾਤਕਾਰੀਆਂ ਨੂੰ ਮੌਤ ਦੀ ਸਜ਼ਾ ਹੋਵੇ। ਇਸ ਤੋਂ ਇਲਾਵਾ ਉਹਨਾਂ ਹਿੰਦੂਆਂ ਦੀ ਆਸਥਾ ਦਾ ਪ੍ਰਤੀਕ ਅਮਰਨਾਥ ਯਾਤਰਾ ਉੱਤੇ ਵੀ ਮੀਡੀਆ ਨਾਲ ਗੱਲਬਾਤ ਕੀਤੀ। ਆਜ ਐਕਸਪੀਰੀਅੰਸ ਕੈਸਾ ਰਹਾ ਆਪਕੋ? ਦੇਖਿਏ, ਐਸੀ ਜਗ੍ਹਾ ਪੇ ਇਨਸਾਨ ਕੋ ਸ਼ਾਂਤੀ ਮਿਲਤੀ ਹੈ, ਉਨਹੇ ਵਕਤ ਮਿਲਤਾ ਹੈ ਆਪਣੀ ਗੁਨਾਹੋਂ ਕੀ ਮਾਫੀ ਮੰਗਣੇ ਕੇ ਲੀਏ ਔਰ ਆਗੇ ਕੇ ਲੀਏ ਸ਼ਕਤੀ ਮੰਗਣੇ ਕੇ ਲੀਏ। ਇਸੇ ਸਾਥ ਸਾਥ ਵੀ ਹਮ ਲੋਕ ਜਬ ਆਤੇ ਹੈ ਤੋ ਵਤਨ ਕੇ ਲੀਏ ਵੀ ਦੁਆ ਮੰਗਤੇ ਹੈ ਕਿ ਪਰਵਰਦਿਗਾਰ ਵਾਹਿਗੁਰੂ ਅਮਨ ਲਾ, ਚੈਨ ਲਾ ਭਾਰਤ ਮੈਂ। ਉਸਕੇ ਸਾਥ ਸਾਥ ਧਰਮੋ ਕੀ ਇਕਜਾਤੀ ਕਰ, ਇਨਮੇ ਪਿਆਰ ਪੈਦਾ ਕਰ ਕਿ ਹਮ ਲੋਕ ਆਗੇ ਬੜ ਸਕੇ, ਤਰੱਕੀ ਕਰ ਸਕੇ, ਗਰੀਬੀ ਦੂਰ ਹੋ, ਬਿਮਾਰ ਦੂਰ ਹੋ, ਬਦਹਾਲੀ ਦੂਰ ਹੋ। ਇਨਸਾਨ ਵੋ ਮੰਗਤਾ ਹੈ ਐਸੀ ਜਗ੍ਹਾ ਪੇ ਆ ਕੇ ਮੰਗਤਾ ਹੈ ਤੋ ਆਪਣੇ ਪਰਿਵਾਰ ਕੇ ਲਈ ਮੰਗਤਾ, ਆਪਣੇ ਦੋਸਤੋਂ ਕੇ ਲਈ ਵੀ ਮੰਗਤਾ ਹੈ ਕਿ ਉਨਕੋ ਵੀ ਸਲਾਮਤ ਰੱਖੇ, ਠੀਕ ਰੱਖੇ ਔਰ ਉਨ੍ਹੇ ਵੀ ਅਮਰ ਔਰ ਚੈਨ ਕੀ ਜ਼ਿੰਦਗੀ ਬਖਸ਼ ਦੇ, ਆਪਣੇ ਬੱਚੋਂ ਕੇ ਲੀਏ, ਆਪਣੇ ਬੱਚੋਂ ਕੇ ਬੱਚੋਂ ਕੇ ਲੀਏ ਕਿ ਵੋ ਵੀ ਅੱਛੇ ਇਨਸਾਨ ਬਣੇ ਔਰ ਅੱਛੀ ਤਰ੍ਹਾਂ ਸੇ ਦੇਸ਼ ਕੀ ਸੇਵਾ ਕਰੇ। ਦੇਖੀਏ, ਵੋ ਅਬ ਤੋ ਸਭ ਜੂਡਿਸ ਹੈ, ਕੋਰਟ ਕੇ ਅੰਦਰ ਹੈ। ਮੈਂ ਇਤਨਾ ਹੀ ਕਹੂੰਗਾ ਕਿ ਬਹੁਤ ਦਰਦਨਾਕ ਘਟਨਾ ਹੈ, 8 ਸਾਲ ਕੀ ਲੜਕੀ ਕੋ ਜਬਕਿ ਹਿੰਦੂ ਧਰਮ ਮੈਂ ਉਸੇ ਸਭਸੇ ਜ਼ਿਆਦਾ ਮਹਾਨਤਾ ਦੀ ਗਈ ਹੈ। ਯਹਾਂ ਤੱਕ ਕਿ ਜਬ ਮਾਤਾ ਕੀ ਜੋਤੀ ਸੁਬਹ ਕੋ ਨਿਕਲਤੀ ਹੈ ਤੋ ਔਰਤ ਉਸਕੋ ਲੜਕੀ ਛੋਟੀ ਬੱਚੀ ਕੋ ਲਾਤੇ ਹੈ ਔਰ ਉਸੇ ਭਗਵਾਨ ਕਾ ਰੂਪ ਸਮਝਤੇ ਹੈ, ਮਾਤਾ ਕਾ ਰੂਪ ਸਮਝਤੇ ਹੈ ਔਰ ਉਸਕੇ ਪੈਰੋਂ ਕੋ ਚੂਮਤੇ ਹੈ। ਇਹ ਹੈ ਹਮਾਰੀ ਪਰੰਪਰਾ। ਮਗਰ ਇਹ ਜੋ ਬਲਾਤਕਾਰ ਅਫਸਰ ਨਾ ਸਿਰਫ ਕਠੂਆ ਮੈਂ, ਭਾਰਤ ਮੈਂ ਬਹੁਤ ਸੀ ਜਗ੍ਹਾ ਪੇ ਜੋ ਹੋ ਰਹਾ ਹੈ ਛੋਟੀ ਬੱਚੀਓ ਕੇ ਸਾਥ, ਇਹ ਬਹੁਤ ਦਰਦਨਾਕ ਹੈ ਔਰ ਹਮੇ ਆਪਣੇ ਅੰਦਰ ਝਾਂਕ ਕੇ ਦੇਖਣਾ ਚਾਹੀਏ ਕਿ ਹਮਨੇ ਭਾਰਤ ਕੋ ਆਜ਼ਾਦ ਤੋ ਕਰ ਦੀਆ ਮਗਰ ਭਾਰਤ ਕੋ ਇਨ ਬਲਾਓ ਸੇ ਦੂਰ ਨਹੀਂ ਕੀਆ ਔਰ ਉਸਕੀ ਵਜ੍ਹਾ ਇਹ ਵੀ ਹੈ ਕਿ ਹਮਨੇ ਵੋ ਕਾਨੂੰਨ ਨਹੀਂ ਬਣਾਏ ਸਖ਼ਤ ਜੋ ਇਨ ਲੋਕੋ ਕੋ ਉਸ ਵੋ ਕਰਨੇ ਸੇ ਰੋਕਤਾ। ਅਬ ਮੈਂ ਉਮੀਦ ਕਰਤਾ ਹੂੰ ਕਿ ਹਮਾਰੀ ਰਿਆਸਤ ਵੀ ਐਸਾ ਕਾਨੂੰਨ ਲਾਏਗੀ ਕਿ ਕੋਈ ਵੀ ਐਸੀ ਹਰਕਤ 12 ਸਾਲ ਕੀ 25 ਕੇ ਨੀਚੇ ਕਰੇ ਜਾਂ ਉਸਕੇ ਉੱਪਰ ਕਰੇ ਉਹਨੇ ਮੌਤ ਕੀ ਸਜ਼ਾ ਹੋਣੀ ਚਾਹੀਏ ਔਰ ਹਮ ਉਮੀਦ ਕਰੇਂਗੇ ਕਿ ਹਮਾਰੀ ਰਿਆਸਤ ਇਸ ਕਾਨੂੰਨ ਕੋ ਕਰੇਗੀ, ਬਹੁਤ ਜਲਦੀ ਕਰੇਗੀ, ਉਸੇ ਹੋ ਸਕਤਾ ਹੈ ਇਹ ਰੁਕ ਜਾਏ। ਦੇਖੀਏ, ਜਹਾਂ ਤੱਕ ਇਲੈਕਸ਼ਨ ਕਾ ਸਵਾਲ ਹੈ, ਇਲੈਕਸ਼ਨ ਆਏਂਗੇ, ਹਰ 5 ਸਾਲ ਕੇ ਬਾਅਦ ਆਏਂਗੇ, ਭਾਰਤ ਮੇਂ ਵੀ ਆਨੇ ਵਾਲੇ ਹੈ। ਹਮ ਉਮੀਦ ਕਰੇਂਗੇ ਕਿ ਇਲੈਕਸ਼ਨ ਧਰਮੋ ਕੋ ਅਲੱਗ ਨਹੀਂ ਕਰੇਗਾ ਬਲਕਿ ਧਰਮੋ ਕੋ ਜੋੜਨੇ ਕੀ ਕੋਸ਼ਿਸ਼ ਕਰੇਗਾ। ਇਲੈਕਸ਼ਨ ਧਰਮ ਕੇ ਨਾਮ ਪੇ ਨਹੀਂ ਲੜਨਾ ਚਾਹੀਏ, ਇਲੈਕਸ਼ਨ ਕਿ ਹਮ ਕਿਆ ਕਰੇਂਗੇ, ਭਾਰਤ ਕੋ ਕੈਸੇ ਉਠਾਏਂਗੇ, ਕੈਸੇ ਬੇਕਾਰੀ ਦੂਰ ਕਰੇਂਗੇ, ਬਦਹਾਲੀ ਦੂਰ ਕਰੇਂਗੇ, ਕਿਸਾਨੋ ਕੀ ਹਾਲਤ ਬਿਹਤਰ ਕਰੇਂਗੇ, ਇਹ ਜੋ GST ਲਗਾ ਹੈ ਇਸਕੋ ਤਰਮੀਮ ਕਰੇਂਗੇ ਜਿਸਸੇ ਕਿ ਹਮਾਰੇ ਛੋਟੇ ਸੇ ਛੋਟਾ ਦੁਕਾਨਦਾਰ ਵੀ ਬਚ ਸਕੇ, ਐਸੇ ਕਾਮ ਕਰਨੇ ਪੜੇਂਗੇ ਉਨਕੋ ਜਿਸਸੇ ਕਿ ਭਾਰਤ ਔਰ ਆਗੇ ਚਲੇ, ਤਰੱਕੀ ਕਰੇ, ਤੇਜ਼ੀ ਸੇ ਤਰੱਕੀ ਕਰੇ,
धर्मों की लड़ाई लड़ेंगे तो भारत को कमज़ोर करेगा। हमें हर धर्म प्यारा है, इस भारत में कई धर्म हैं, यही तो इसकी खूबसूरती है, अनेकता में एकता। और इस अनेकता को जितना हम मजबूत करेंगे उतना भारत मजबूत होगा। सर, बीजेपी के कुछ जो है नेता हैं उन्होंने इस्तीफा दिया है, तो क्या कैसे देखते हैं आप इसमें? देखिए, उन्होंने इस्तीफा दिया है ये अब उस पार्टी का सवाल है। वो चाहते हैं, हो सकता है कि अपने मंत्रियों की तब्दीली करें, मगर ये उनका काम है। मैं नेशनल कॉन्फ्रेंस का प्रेसिडेंट हूँ, मैं इस पर कुछ और इससे ज़्यादा कह नहीं सकता। सर, नरेंद्र मोदी को मुक्त करने के लिए, कि भारत बोल रहे हैं कि नरेंद्र मोदी से मुक्त किया जाए, उसके लिए क्या जम्मू कश्मीर में कुछ ऐसी प्लानिंग की जाएगी कि उनको वहाँ पर ना? देखिए, सबसे बड़ी चीज़ जो है, उन्होंने जो हमें वादा किया है कि वो 80,000 करोड़ रुपये हमारी डेवलपमेंट के लिए दे रहे हैं, मैं उनसे गुजारिश करूँगा कि उसको ज़रा तेज़ कर दें, क्योंकि बदहाली बहुत है, बेकारी बहुत है। हमारा एक ही चीज़ है, वो टूरिज़्म है, और टूरिज़्म बिल्कुल ही बैठा हुआ है क्योंकि आतंकवाद की वजह से। और इसलिए उस आतंकवाद को दूर करने के लिए मैं गुजारिश करूँगा पाकिस्तान से भी और हिंदुस्तान की हुकूमत से भी, कि इन्हें बातचीत का तरीका इस्तेमाल करना चाहिए, जिससे कि दोनों मुल्क करीब आ जाएं। जब वो मुल्क जो जर्मनी था और उसने तबाही लाई थी सारी यूरोप में, ख़त्म कर दिया था यूरोप को, वो आज इकट्ठे बैठ के अपने मसले हल करते हैं, आगे बढ़ते हैं, इसी तरह हम लोगों को भी भारत को वैसे ही जैसे सार्क इंदिरा गांधी ने बनाया था उसको मजबूत करना चाहिए, और जितने भी हमारे पड़ोसी मुल्क हैं उनके साथ भाईचारे का सलूक करके आगे बढ़ना है। देखिए, अमरनाथ यात्रा होगी और यह धर्म की बात है, मुसलमान इसके ख़िलाफ़ नहीं है। मुसलमान कहता कि बड़ी अच्छी बात है, क्योंकि इससे हमारे लोग भी बचते हैं, जो हमारे गरीब लोग हैं, पोर्टर हैं, घोड़े वाले हैं, दूसरे लोग हैं जो इनकी सहायता करते हैं, वो भी बच जाते हैं, और जितनी यात्रा होगी उससे उनकी गरीबी दूर हो जाती है। इसलिए कोई यात्रा के ख़िलाफ़ नहीं है, यात्रा होगी बहुत अच्छी तरह से होगी, और जिनको भी भगवान के दर्शन करने हैं मैं उनसे इल्तिजा करूंगा कि वो आएं और डरे नहीं, क्योंकि यमराज सिर्फ वहाँ नहीं है, यमराज हर जगह है। सर, पत्थरबाजों के लिए कोई भी नहीं किया? पत्थरबाज ने कुछ नहीं करेंगे, आप घबराइए मत, वो धर्म की चीज़ों को नहीं करेंगे। बटाला पुलिस ने एक वड्डी कामयाबी हासिल करदे होया बदमाश हरविंदर सिंह उर्फ मन्नू गैंग के दो मैंबरां नूं काबू किया है। पुलिस ने यह भी दावा किया है कि दोषियों को कई खतरनाक हथियार भी बरामद किए गए हैं। पुलिस मुताबक इन दोषियों खिलाफ़ पहले भी कई मुकदमे दर्ज हैं। चन डोगर है, मशहूर मुंडा गुरचरण सिंह एलियस चन डोगर, एक भुपिंदर सिंह एलियस पिंड कणियां के बंदर। ये हरविंदर सिंह मन्नू एक गैंगस्टर है, पिछले साल जून 17 च पुलिस कस्टडी चों भज गया ही, वो करीबी साथी आनू पनाह देंगे। इन्होंने FIR नंबर 27 थाना कणिए के बंगर दर्ज रजिस्टर करवाती। कल वो बंदे फड़े गए एसेंट कार समेत कणिए तो सारचूट के नहर के पुल उत्ते। CAA इंस्पैक्टर साहब को कोई सीक्रेट इंफॉर्मेशन के बिहार से उन्होंने अरैसट पी आ। अरैसट पाने तो बाद उन्होंने कब्जे चो एक 32 बोर का पिस्टल, 2 मैगजीन तो 20 कारतूस रिकवर हो। जी कार है रिकवर हुई एसेंट कार, यदि RC नहीं मिली अजय, वो वेरीफाई कर रहे हैं कि वही चोरी की है या खो की है या इन्हें आती है।